ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਆਸਟ੍ਰੇਲੀਆ ਦੇ ਨਿਊ ਸਾਊਥ ਵੈਲਸ ਵਿਖੇ ਸਕੂਲਾਂ ਚੋਂ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ਤੇ ਰੋਕ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ ਆਸਟ੍ਰੇਲੀਆ ਦੇ ਨਿਊ ਸਾਊਥ ਵੈਲਸ ਵਿਖੇ ਉੱਥੋਂ ਦੀ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿੱਚ ਸਿੱਖ ਬੱਚਿਆਂ ਦੇ ਕਿਰਪਾਣ ਪਾਉਣ ਤੇ ਰੋਕ ਲਾਉਣ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੰਦਭਾਗ ਅਤੇ ਧਾਰਮਿਕ ਆਜ਼ਾਦੀ ਦੇ ਖਿਲਾਫ ਕਰਾਰ ਦਿੱਤਾ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਉਹਨਾਂ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਨਿਊ ਸਾਊਥ ਵੈਲਸ ਦੇ ਸਰਕਾਰੀ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਕਿਰਪਾਨ ਪਾਉਣ ਤੋਂ 19 ਮਈ 2021 ਤੋਂ ਪਾਬੰਦੀ ਲਾਈ ਗਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਆਯੂਸ਼ਮਾਨ ਨੂੰ ਨਹੀਂ ਮਿਲ ਰਿਹਾ ਹੈ ਪੰਜਾਬ ਚ ਮਾਨ ਪ੍ਰਾਈਵੇਟ ਹਸਪਤਾਲ ਨਹੀਂ ਕਰ ਰਹੇ ਹਨ ਇਲਾਜ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਹਸਪਤਾਲ ਕੇਂਦਰ ਦੀ ਆਯੂਸ਼ਮਾਨ ਭਾਰਤ ਸਕੀਮ ਦਾ ਬਣਦਾ ਮਾਨ ਸਨਮਾਨ ਨਹੀਂ ਦੇ ਰਹੇ ਤੇ ਕਰੋਨਾ ਮਹਾਮਾਰੀ ਦੇ ਦੌਰਾਨ ਇਹ ਆਯੂਸ਼ਮਾਨ ਭਾਰਤ ਦਾ ਕਾਰਡ ਲੈ ਕੇ ਇਲਾਜ ਲਈ ਪੁੱਜਣ ਵਾਲੇ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਬਾਹਰ ਦਾ ਹੀ ਰਸਤਾ ਦਿਖਾਇਆ ਜਾ ਰਿਹਾ ਜਾਂ ਫਿਰ ਇਸ ਕਾਰਡ ਨੂੰ ਮੰਨਨ ਦੀ ਥਾਂ ਤੇ ਮਰੀਜ਼ ਤੋਂ ਨਗਦੀ ਪੈਸੇ ਲੈ ਕੇ ਹੀ ਇਲਾਜ ਕੀਤਾ ਜਾ ਰਿਹਾ ਹੈ ਭਾਰਤ ਵਿੱਚ ਪੰਜਾਬ ਪਰ ਦੇ ਵਿੱਚ ਆਯੂਸ਼ਮਾਨ ਭਾਰਤ ਦੇ ਕਾਰਡ ਧਾਰਕ ਲਗਾਤਾਰ ਸਿਹਤ ਵਿਭਾਗ ਨੂੰ ਇਸ ਦੇ ਸੰਬੰਧੀ ਸ਼ਿਕਾਇਤਾਂ ਵੀ ਕਰ ਰਹੇ ਹਨ ਪਰ ਸਿਹਤ ਵਿਭਾਗ ਦੀ ਆਪਣੇ ਕੰਨਾਂ ਦੇ ਵਿੱਚ ਤੇਲ ਪਾ ਕੇ ਸ਼ਿਕਾਇਤਾਂ ਸੁਣਨ ਨੂੰ ਤਿਆਰ ਨਹੀਂ ਹਾਲਾਂਕਿ ਕੁਝ ਥਾਵਾਂ ਤੇ ਵੱਡੀ ਸਿਫਾਰਿਸ਼ ਹੋਣ ਕਰਕੇ ਪ੍ਰਾਈਵੇਟ ਹਸਪਤਾਲ ਕੁਝ ਮਰੀਜ਼ਾਂ ਦਾ ਆਯੂਸ਼ਮਾਨ ਭਾਰਤ ਦੇ ਤਹਿਤ ਇਲਾਜ ਕਰ ਰਹੇ ਹਨ ਪਰ ਇਹ ਗਿਣਤੀ ਬਹੁਤ ਜ਼ਿਆਦਾ ਘੱਟ ਹੈ ਪੰਜਾਬ ਦਾ ਕੋਈ ਵੀ ਪ੍ਰਾਈਵੇਟ ਹਸਪਤਾਲ ਆਯੂਸ਼ਮਾਨ ਭਾਰਤ ਦੇ ਤਹਿਤ ਇਲਾਜ ਕਰਨ ਲਈ ਤਿਆਰ ਹੀ ਨਹੀਂ ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਪ੍ਰਾਈਵੇਟ ਹਸਪਤਾਲਾਂ ਵੱਲੋਂ ਇਹ ਸਰਕਾਰੀ ਬੀਮਾ ਯੋਜਨਾ ਦਾ ਕਾਰਡ ਦੇਖਣ ਤੋਂ ਬਾਅਦ ਇਲਾਜ ਕਰਨ ਤੋਂ ਸਾਫ਼ ਮਨਾਂ ਕਰ ਦਿੱਤਾ ਜਾਂਦਾ ਹੈ ਅੱਪ ਦੀ ਗਰਮੀ 'ਚ ਦੂਜੇ ਦਿਨ ਵੀ ਕਿਸਾਨਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ ਭਾਰਤ ਮਾਲਾ ਪ੍ਰੋਜੈਕਟ ਦੇ ਵਿਰੋਧ ਵਿੱਚ ਕਿਸਾਨਾਂ ਨੇ ਸੰਗਾਨ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਰੋਸ਼ਨਵਾਲਾ ਨੇੜੇ ਮੰਗਲਵਾਰ ਦੂਜੇ ਦਿਨ ਵੀ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਤੇ ਆਵਾਜਾਈ ਨੂੰ ਮੁਕੰਮਲ ਤੌਰ ਤੇ ਠੱਪ ਕਰਕੇ ਸੈਂਕੜੇ ਕਿਸਾਨਾਂ ਵੱਲੋਂ ਦਰਨਾ ਦਿੱਤਾ ਗਿਆ ਇਸ ਦੌਰਾਨ ਕਿਸਾਨਾਂ ਨੇ ਰੋਪਰਪੂਰ ਪ੍ਰਦਰਸ਼ਨ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਦੇ ਸਮੇਤ ਪ੍ਰਸ਼ਾਸਨ ਖਿਲਾਫ ਜਮ ਕੇ ਨਾਰੇ ਬਾਜ ਕੀਤੀ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਨ ਪ੍ਰੀਤ ਸਿੰਘ ਡਿੱਕੀ ਜੇਜੇ ਬਲਾਕ ਪ੍ਰਧਾਨ ਗੁਰਨਾਇਬ ਸਿੰਘ ਫੱਗੂ ਵਾਲਾ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਪੰਜਾਬ ਸਰਕਾਰ ਕੰਨਾਂ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਸੁੱਤੀ ਪਈ ਆ ਦੋਸਤੋ ਤੁਹਾਨੂੰ ਕੀ ਲੱਗਦਾ ਸਰਕਾਰ ਵਾਕੇ ਹੀ ਸੁੱਤੀ ਆ ਜਾਂ ਨਹੀਂ ਕਮੈਂਟ ਸੈਕਸ਼ਨ ਚ ਤੁਸੀਂ ਯੈਸ ਜਾਂ ਨੋ ਲਿਖ ਸਕਦੇ ਹੋ ਪੰਜਾਬ ਕਾਂਗਰਸ ਦੀ ਸਿਆਸੀ ਜੰਗ ਚੂ ਸੀਐਮ ਤੋਂ ਨਾਰਾਜ਼ ਮੰਤਰੀਆਂ ਦੀ ਚੰਨੀ ਦੇ ਘਰ ਬੈਠਕ ਬਾਜਵਾ ਦੇ ਰੰਧਾਵਾ ਨੇ ਦਿੱਤਾ ਵੱਡਾ ਬਿਆਨ ਪੰਜਾਬ ਕਾਂਗਰਸ ਦੇ ਵਿੱਚ ਸਿਆਸੀ ਜੰਗ ਵਧਦੀ ਜਾ ਰਹੀ ਆ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਕੈਪਟਨ ਤੋਂ ਨਾਰਾਜ਼ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਚੱਲ ਰਹੀ ਆ ਇਸ ਵਿੱਚ ਸੁਖਜਿੰਦਰ ਰੰਧਾਵਾ ਵਿਧਾਇਕ ਪ੍ਰਗਟ ਸਿੰਘ ਨੱਥੂਰਾਮ ਸੁਰਜੀਤ ਢੀਮਾਨ ਸਣੇ ਕਈ ਮੰਤਰੀ ਅਤੇ ਵਿਧਾਇਕ ਸ਼ਾਮਲ ਹੋਏ ਜੈਸ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬਾਹਰ ਆ ਗਏ ਤੇ ਉਹਨਾਂ ਨੇ ਕਿਹਾ ਜੀ ਅੱਜ ਸੂਬੇ ਵਿੱਚ ਵਿਜੀਲੈਂਸ ਦੀ ਜਿਸ ਢੰਗ ਨਾਲ ਦੁਰਵਰਤੋਂ ਹੋ ਰਹੀ ਹੈ ਉਹ ਸੂਬੇ ਦੇ ਇੱਕ ਵੱਡੇ ਧਮਾਕੇ ਵੱਲ ਜਾ ਰਹੇ ਹਨ ਉੱਤੇ ਹੀ ਕੈਬਨਟ ਮੰਤਰੀ ਸੁਖਜਿੰਦਰ ਰੰਦਾਵਾ ਨੇ ਮਹਿਲਾ ਕਮਿਸ਼ਨ ਦੀ ਕਾਰਜ ਪ੍ਰਣਾਲੀ ਤੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਜੀ ਇਹ ਇੱਕ ਸੰਵਿਧਾਨਕ ਪੋਸਟ ਹੈ ਤੇ ਇਸ ਪੋਸਟ ਤੇ ਜਦੋਂ ਕੋਈ ਕਾਬਜ ਹੁੰਦਾ ਤਾਂ ਉਹ ਕਿਸੇ ਪਾਰਟੀ ਵਿਸ਼ੇਸ਼ ਦਾ ਮੈਂਬਰ ਨਹੀਂ ਰਹਿੰਦਾ ਮਹਿਲਾ ਕਮਿਸ਼ਨ ਨੂੰ ਇਹ ਸਪਸ਼ਟ ਕਰੇ ਕਿ ਅੱਜ ਤੱਕ ਉਸਨੇ ਕਿੰਨੇ ਰੇਪ ਦੇ ਮਾਮਲਿਆਂ ਵਿੱਚ ਕਾਰਵਾਈ ਕੀਤੀ ਹੈ ਨੰਗੀਆਂ ਚੀਜ਼ਾਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਐਸਐਮਓ ਵੱਡੀ ਖਬਰ ਹੈ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਦੋਸਤੋ ਨਿੱਕੀ ਜਿਹੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਨੰਗੀਆਂ ਚੀਜ਼ਾਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਭਾਵੇਂ ਕਿ ਸਾਡੇ ਲੀਡਰ ਜਾਂ ਸਰਕਾਰਾਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਪਰ ਫਿਰ ਵੀ ਇੱਥੇ ਸਿਰਫ ਬਿਆਨਬਾਜ਼ੀ ਤੋਂ ਸਿਵਾਏ ਕੁਝ ਨਹੀਂ ਨਜ਼ਰ ਆਉਂਦਾ ਕਿਉਂਕਿ ਇੱਥੇ ਲੋਕਾਂ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਸਾਫ਼ ਸਫਾਈ ਰੱਖਣ ਵੱਲ ਸਰਕਾਰ ਦਾ ਸਿਹਤ ਵਿਭਾਗ ਦਾ ਉਪਕਾ ਹੀ ਧਿਆਨ ਨਹੀਂ ਇੱਥੇ ਲੀਡਰ ਹਿੱਟਰ ਰੂਮ ਹੂਟਰ ਮਾਰਦੇ ਲੰਘ ਜਾਂਦੇ ਨੇ ਪਰ ਜਨਤਾ ਦੇ ਹਿੱਤਾਂ ਦੇ ਵਿੱਚ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਖਾਣ-ਪੀਣ ਵਾਲੀਆਂ ਚੀਜ਼ਾਂ ਛਰਿਆ ਆਮ ਨੰਗੀਆਂ ਤੇ ਨੰਗੀਆਂ ਖੁੱਲੀਆਂ ਰੇੜੀਆਂ ਤੇ ਵਿਕਰੀਆਂ ਨੇ ਤੇ ਭੂਲੇ-ਪਾਲੇ ਲੋਕਾਂ ਨੂੰ ਇਨ ਇਹਨਾਂ ਇਸੇ ਤਰ੍ਹਾਂ ਹੀ ਨੰਗੀਆਂ ਰੇੜੀਆਂ ਤੋਂ ਆਪਣੇ ਖਾਣ-ਪੀਣ ਦੇ ਸਮਾਨ ਨੂੰ ਲੈ ਕੇ ਖਾਣ-ਪੀਣ ਦੇ ਲਈ ਮਜਬੂਰ ਹਨ ਜਰਾ ਸੋਚੋ ਜੇ ਤੁਸੀਂ ਕੁਝ ਖਾਣ-ਪੀਣ ਲਈ ਸ਼ਕੀਨ ਹੋ ਤਾਂ ਇਨਾਂ ਧਿਆਨ ਜ਼ਰੂਰ ਰੱਖੋ ਕਿ ਜਿਸ ਰੇੜੀ ਤੋਂ ਕੁਝ ਲੈ ਰਹੇ ਹੋ ਉਸ ਦੇ ਉੱਪਰ ਸਾਫ਼-ਸਫਾਈ ਦਾ ਪ੍ਰਬੰਧ ਹੋਵੇ ਕਿ ਤੁਹਾਨੂੰ ਖਵਾਏ ਜਾਣ ਵਾਲੇ ਸਮਾਨ ਦੀ ਸਾਫ਼-ਸਫਾਈ ਸੁਥਰੇ ਪਾਣੀ ਨਾਲ ਕੀਤਾ ਜਾਂਦਾ ਜਾਂ ਨਹੀਂ ਪਿੰਡ ਚੋਂ ਮੌਤ ਦੀ ਹਨੇਰੀ ਝੁੱਲਦੀ ਦੇਖ ਲੋਕਾਂ ਨੇ ਲਿਆ ਵੱਡਾ ਫੈਸਲਾ ਹਰ ਪਾਸੇ ਹੋ ਰਹੀ ਆ ਚਰਚਾ ਨਾਬਾ ਤੋਂ ਖਬਰਾਂ ਪੰਜਾਬ ਦੇ ਇਸ ਸਮੇਂ ਕਰੋਨਾ ਮਹਾਮਾਰੀ ਨੇ ਤੜਥੱਲੀ ਮਚਾਈ ਹੋਈ ਆ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਨਾਬਾ ਦੇ ਨੇੜਲੇ ਪਿੰਡ ਅਜਨੌਦਾ ਵਿੱਚ ਕਰੋਨਾ ਦੇ ਕਾਰਨ 13 ਤੋਂ ਕਰੀਬ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚੋਂ ਮੌਤ ਦੀ ਹਨੇਰੀ ਝੁੱਲਦੀ ਦੇਖ ਕੇ ਪਿੰਡ ਵਾਸੀਆਂ ਵੱਲੋਂ ਵੱਡਾ ਫੈਸਲਾ ਲਿਆ ਗਿਆ ਪਿੰਡ ਦੇ ਲੋਕਾਂ ਨੇ ਮਿਲ ਕੇ ਫੈਸਲਾ ਕੀਤਾ ਜਦੋਂ ਤੱਕ ਕਰੋਨਾ ਹੈ ਉਦੋਂ ਤੱਕ ਪਿੰਡ ਵਿੱਚ ਕੋਈ ਬਿਆਨ ਨਹੀਂ ਕੀਤਾ ਜਾਵੇਗਾ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਪੰਜ ਤਤਾਂ ਵਿੱਚ ਹੋਏ ਬਲੀਨ ਤੀ ਅਤੇ ਜਵਾਈ ਨੇ ਨਿਭਾਈ ਰਸਮ ਵੱਡੀ ਖਬਰ ਆ ਬੀਬੀ ਜਗੀਰ ਕੌਰ ਗਿਆਨੀ ਜਗਤਾਰ ਸਿੰਘ ਗਿਆਨੀ ਰਗਵੀਰ ਸਿੰਘ ਦੇ ਸਮੇਤ ਵੱਖ-ਵੱਖ ਸੰਪਰਦਾਵਾਂ ਨੇ ਮਰਤਕ ਦੇਤੇ ਲੋਈ ਅਤੇ ਸਿਰ ਪਾਉ ਪਾ ਕੇ ਕੀਤਾ ਸਨਮਾਨ कोरोना ਦੇ ਨਾਲ 20 ਦਿਨ ਜੰਗ ਲੜਨ ਮਗਰੋਂ ਹਾਰਿਆ ਸੀਨੀਅਰ ਡਾਕਟਰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਸੀਨੀਅਰ ਡਾਕਟਰ ਦੀ ਕੋਵਿਡ ਦੇ ਨਾਲ ਤਕਰੀਬਨ 20 ਦਿਨ ਜੂਝਣ ਮਗਰੋਂ ਮੌਤ ਹੋ ਗਈ ਮੰਗਲਵਾਰ ਸਵੇਰੇ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਡਾਕਟਰ ਨੇ ਦਮ ਤੋੜ ਦਿੱਤਾ ਡਾਕਟਰ ਨੂੰ 30 ਅਪ੍ਰੈਲ ਨੂੰ ਇੰਟੈਵਸ ਕੇਅਰ ਯੂਨਿਟ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਕਿਸਾਨ ਆਗੂ ਮਨਜੀਤ ਧਨੇਰ ਦੇ ਪੋਸਟਰ ਸਾੜਨ ਦੇ ਵਿਰੋਧ ਵਿੱਚ ਗੁਰਦੁਆਰਾ ਚੌਂਕ ਮਾਨਸਾ ਵਿਖੇ ਭਾਰੀ ਰੋਸ ਪ੍ਰਦਰਸ਼ਨ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੁਝ ਕੁ ਮੁੱਠੀ ਪਰ ਲੋਕਾਂ ਵੱਲੋਂ ਕਿਸਾਨ ਆਗੂ ਮਨਜੀਤ ਧਨੇਰ ਦੇ ਪੋਸਟਰ ਸਾੜਨ ਦੇ ਵਿਰੋਧ ਵਿੱਚ ਗੁਰਦੁਆਰਾ ਚੌਂਕ ਮਾਨਸਾ ਵਿਖੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਗੁਰਜੰਟ ਸਿੰਘ ਬਾਜੇਵਾਲੀਆ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲਵੇ پارک ਵਿੱਚ ਧਰਨੇ ਦੇ 23ਵੇਂ ਦਿਨ ਸੈਂਕੜੇ ਕਿਸਾਨ ਮਰਦ ਔਰਤਾਂ ਨੇ ਮਾਰਸਾ ਦੇ ਵਿਖੇ ਰੋਸ ਭਰਪੂਰ ਰੈਲੀ ਕਰਨ ਉਪਰੰਤ ਗੁਰਦੁਆਰਾ ਚੌਂਕ ਤੱਕ ਭਾਰੀ ਪ੍ਰਦਰਸ਼ਨ ਕੀਤਾ ਇਹ ਪ੍ਰਦਰਸ਼ਨ ਪਿਛਲੇ ਦਿਨੀ ਅਕਾਲੀ ਦਲ ਦੇ ਕੁਝ ਕੁ ਮੁੱਠੀ ਪਰ ਲੋਕਾਂ ਵੱਲੋਂ ਕਿਸਾਨ ਆਗੂ ਮਨਜੀਤ ਧਨੇਰ ਦੇ ਪੋਸਟਰ ਸਾੜਨ ਦੀ ਘਟਨਾ ਦੇ ਵਿਰੋਧ ਵਿੱਚ ਕੀਤਾ ਗਿਆ ਕੋਵਿਡ ਮਰੀਜ਼ਾਂ ਦੀ ਦੇਖਭਾਲ ਬਾਬਤ ਬਣੇ ਮਹਰਾਂ ਦੇ ਸਮੂਹ ਦਾ 1 ਸਾਲ ਤੋਂ ਜ਼ਿਆਦਾ ਸਮਾਂ ਪੂਰਾ ਪੰਜਾਬ ਦੇ ਵਿੱਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਦੇ ਸੁਝਾਅ ਦੇਣ ਲਈ ਬਣਾਏ ਗਏ ਮਾਰਾਂ ਦੇ ਸਮੂਹ ਦਾ 1 ਸਾਲ ਤੋਂ ਵੀ ਜ਼ਿਆਦਾ ਸਮਾਂ ਪੂਰਾ ਕਰ ਲਿਆ ਤੇ ਇਹ ਸਮੂਹ ਪੰਜਾਬ ਸਰਕਾਰ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਸਲਾਹਕਾਰ ਡਾਕਟਰ ਕੇਕੇ ਤਲਵਾਰ ਦੀ ਗਵਾਹੀ ਵਿੱਚ April 2020 ਦੇ ਵਿੱਚ ਬਣਾਇਆ ਗਿਆ ਸੀ ਪੰਜਾਬ ਦੇ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਆਪਣੀ ਕਿਸਮ ਦੇ ਇਸ ਵਿਲੱਖਣ ਗਰੁੱਪ ਦੀਆਂ ਮੀਟਿੰਗਾਂ ਵਿੱਚ ਲਗਾਤਾਰ ਸ਼ਿਰਕਤ ਕੀਤੀ ਤਾਂ ਜੋ ਕਰੋਨਾ ਵਰਗੇ ਬੇਹੱਦ ਖਤਰਨਾਕ ਵਾਇਰਸ ਵਿਰੁੱਧ ਆਧੁਨਿਕ ਸਾਧਨ ਜਿਵੇਂ ਦਵਾਈਆਂ ਤੇ ਮੈਡੀਕਲ ਅਭਿਆਸਾਂ ਬਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਜਾਣੂ ਕਰਵਾਉਣ ਲਈ ਵਿਸ਼ੇਸ਼ ਮਹਿਮਾ ਮਹਿੰਮ ਮਾਰਾਂ ਤੇ ਭਾਗੀਦਾਰਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ ਕੇਂਦਰ ਸਰਕਾਰ ਦੇ ਵੱਲੋਂ ਡੀਏਪ ਖਾਦ ਦੀਆਂ ਕੀਮਤਾਂ ਵਿੱਚ 700 ਰੁਪਏ ਪ੍ਰਤੀ ਥੈਲਾ ਵਾਧਾ ਕਰਨਾ ਕਿਸਾਨਾਂ ਦੀ ਲੁੱਟ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੇਂਦਰ ਵਿੱਚਲੀ ਮੋਦੀ ਸਰਕਾਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਵੱਲੋਂ ਡੀਏਪੀ ਖਾਦ ਦੀਆਂ ਕੀਮਤਾਂ ਵਿੱਚ 700 ਰੁਪਏ ਪ੍ਰਤੀ ਥੈਲਾ ਵਾਅਦਾ ਕਰਨ ਦਾ ਸਖਤ ਸਖਤ ਨਖੇਦੀ ਕਰਦਿਆਂ ਇਸ ਨੂੰ ਕਿਸਾਨਾਂ ਦੀ ਲੁੱਟ ਘਰਾਰ ਦਿੱਤਾ ਮੰਗਲਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਦੇ ਰਾਹੀਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਡੀਏਪੀ ਦੀ ਖਾਦ 50 ਕਿਲੋ ਵਜ਼ਨ ਦੇ ਇੱਕ ਥੈਲੇ ਦੀ ਕੀਮਤ 700 ਰੁਪਏ ਚ ਵਾਧਾ ਕਰਕੇ ਕਿਸਾਨਾਂ ਦਾ ਲਾਕ ਤੋੜਨ ਦਾ ਫੈਸਲਾ ਕੀਤਾ ਹੈ। ਪਟਵਾਰ ਯੂਨੀਅਨ 23 ਤੱਕ ਦਫਤਰੀ ਕੰਮਕਾਜ ਬੰਦ ਰੱਖਣ ਦਾ ਕੀਤਾ ਫੈਸਲਾ ਅੱਜ ਰੈਵਨਿਊ ਪਟਵਾਰ ਯੂਨੀਅਨ ਤਹਿਸੀਲ ਜਲਾਲਾਬਾਦ ਨੇ ਇੱਕ ਮੀਟਿੰਗ ਕਰਕੇ ਪ੍ਰਧਾਨ ਵਜੀਰ ਸਿੰਘ ਦੀ ਪ੍ਰਧਾਨਗੀ ਚ ਹੋਈ ਜਿਸ ਵਿੱਚ ਸਮੂਹ ਪਟਵਾਰੀ ਅਤੇ ਕਾਨੂੰਗੋ ਹਾਜ਼ਰ ਹੋਏ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਕੋਵਿਡ-19 ਦੇ ਦਿਨੋਂ ਦਿਨ ਵਧਰੇ ਪ੍ਰਕੋਪ ਨੂੰ ਮੁੱਖ ਰੱਖਦਿਆਂ ਮੇਤੀ 19 20 ਅਤੇ 21 2021 ਨੂੰ ਦਫ਼ਤਰਾਂ ਦੇ ਵਿੱਚ ਪਬਲਿਕ ਡੀਲਿੰਗ ਦਾ ਕੰਮ ਬਿਲਕੁਲ ਠੱਪ ਕੀਤਾ ਜਾਵੇਗਾ। ਕੋਈ ਵੀ ਪਟਵਾਰੀ ਕਾਨੂੰਗੋ ਡਾਟਾ ਐਂਟਰੀ ਅਤੇ ਕੰਪਿਊਟਰ ਦਾ ਕੰਮ ਨਹੀਂ ਕਰਵਾਏਗਾ। ਅਗਲੀ ਵੱਡੀ ਖਬਰ ਹੈ ਦੋਸਤੋ ਪੁਲਿਸ ਵੱਲੋਂ ਪਿੰਡਾਂ ਦੇ ਅੰਦਰ ਕੋਵਿਡ ਨਿਜ਼ਮ ਲਾਗੂ ਕਰਨ ਲਈ ਸਰਪੰਚਾਂ ਪੰਚਾਂ ਦੇ ਵਟਸਐਪ ਗਰੁੱਪ ਬਣਾਏ। ਕੋਵਿਡ ਨੂੰ ਪਿੰਡਾਂ ਦੇ ਵਿੱਚ ਫੈਲਣ ਤੋਂ ਰੋਕਣ ਦੇ ਮਕਸਦ ਨਾਲ ਪੁਲਿਸ ਦੇ ਵੱਲੋਂ ਨਿਵੇਕਲੀ ਪਹਿਲ ਦੇ ਤਿੱਤੇ ਪਿੰਡਾਂ ਪੱਦਰਾਂ ਦੇ ਵਿੱਚ ਠਿਕਰੀ ਪੈਰੇ ਲਾਉਣੇ ਸ਼ੁਰੂ ਕੀਤੇ ਗਏ ਹਨ ਉੱਤੇ ਹੀ ਪਿੰਡ ਪੱਦਰ ਦੇ ਸਰਪੰਚਾਂ ਪੰਚਾਂ ਦੇ ਵਟਸਐਪ ਗਰੁੱਪ ਬਣਾ ਕੇ ਕੋਵਿਡ ਨਿਜ਼ਮਾ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਨਿਜ਼ਮਾ ਨੂੰ ਇਨ ਬਿਨ ਲਾਗੂ ਕਰਨ ਦੇ ਵਿੱਚ ਸਹਾਇਤਾ ਮਿਲ ਸਕੇ ਐਸਐਸਪੀ ਕਪੂਰਥਲਾ ਸ਼੍ਰੀਮਤੀ ਕਮਰਦੀਪ ਕੌਰ ਆਈਪੀਐਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਾਰੇ 15 ਥਾਣਿਆਂ ਚੌਕੀਆਂ ਦੇ ਆਧਾਰ ਤੇ ਸਰਪੰਚਾਂ ਪੰਚਾਂ ਤੇ ਹੋਰ ਮੋਤਵਰ ਲੋਕਾਂ ਦੇ ਵਟਸਐਪ ਗਰੁੱਪ ਬਣਾ ਕੇ ਕੋਵਿਡ ਸੰਬੰਧੀ ਜ਼ਾਰੀ ਹਦਾਇਤਾਂ ਦੇ ਬਾਰੇ ਜਾਣੂ ਕਰਵਾਇਆ ਜਾ ਸਕਦਾ ਹੈ ਰਿਪੋਰਟਾਂ ਵਿੱਚ ਕਦੇ ਵੀ ਪੁਲਿਸ ਫਾਇਰਿੰਗ ਤੇ ਬਦਵੀਂ ਕੇਸਾਂ ਲਈ ਤਤਕਾਲੀ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਦੋਚੀ ਨਹੀਂ ਠਹਿਰਾਇਆ ਮਜੀਠੀਆ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਅੱਜ ਇੱਥੇ ਕਿਹਾ ਕਿ ਕਾਂਗਰਸ ਦੇ ਝੂਠ ਦੇ ਉਲਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਕਾਮਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਦੇ ਵੱਲੋਂ ਧਾਇਰ ਰਿਪੋਰਟ ਦੇ ਵਿੱਚ ਕਦੇ ਵੀ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਮਗਰੋਂ ਹੋ ਰਹੇ ਰੋਸ ਵਿਖਾਵਿਆਂ ਤੇ ਪੁਲਿਸ ਫਾਇਰਿੰਗ ਦਾ ਦੋਸ਼ੀ ਨਹੀਂ ਠਹਿਰਾਇਆ ਉਹਨਾਂ ਨੇ ਕਿਹਾ ਜੀ ਅਸਲੀਅਤ ਇਹ ਹੈ ਕਿ ਦੋਵਾਂ ਰਿਪੋਰਟਾਂ ਵਿੱਚ ਸਪਸ਼ਟ ਅਤੇ ਜ਼ੋਰਦਾਰ ਢੰਗ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੂੰ ਬੇਅਤਵੀ ਮਾਮਲਿਆਂ ਦਾ ਇਸ ਮਗਰੋਂ ਹੋਈ ਪੁਲਿਸ ਫਾਇਰਿੰਗ ਦਾ ਦੋਸ਼ੀ ਠਹਿਰਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਅਕਾਲੀ ਆਗੂ ਨੇ ਵੀ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਸ ਦੇ ਵਿਰੋਧੀਆਂ ਨੂੰ ਦਿੱਤੀ ਖੁੱਲੀ ਚੁਣੌਤੀ ਮੋੜ ਦਹਰਾ ਰੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਸਾਹਮਣੇ ਜਾਂ ਮੀਡੀਆ ਦੇ ਸਾਹਮਣੇ ਇਹ ਸਬੂਤ ਪੇਸ਼ ਕਰਨ ਜਿਸ ਦਾ ਉਹ ਦਾਵਾ ਬੇਅਦਬੀ ਮਾਮਲੇ ਦੇ ਵਿੱਚ ਅਕਾਲੀ ਆਗਮਾਂ ਖਿਲਾਫ ਸਬੂਤ ਦੇਣ ਬਾਰੇ ਕੀਤਾ ਨੇ ਉਹਨਾਂ ਨੇ ਕਿਹਾ ਮਜੀਠੀਆ ਨੇ ਕਿਹਾ ਕਿ ਜੇ ਕਿਸੇ ਨੇ ਮਾਂ ਦਾ ਦੁੱਧ ਪੀਤਾ ਤਾਂ ਉਹ ਮੈਦਾਨ ਦੇ ਵਿੱਚ ਆ ਕੇ ਸਬੂਤ ਪੈਦਾ ਕਰੇ ਜੇਕਰ ਕਿਸੇ ਕੋਲ ਸਬੂਤ ਹੈ ਤਾਂ ਫਿਰ ਉਹਨਾਂ ਨੇ ਕਦੇ ਵੀ ਖਾਲਸਾ ਪੰਥ ਜਾਂ ਐਸਆਈਟੀ ਜਾਂ ਅਦਾਲਤ ਦੇ ਸਾਹਮਣੇ ਪੇਸ਼ ਕਿਉਂ ਨਹੀਂ ਕੀਤਾ ਅਜਿਹਾ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖਾਲਸਾ ਪੰਥ ਨਾਲ ਧੋਖਾ ਅਤੇ ਗਦਾਰੀ ਹੈ। ਸਿੱਖਿਆ ਮਹਿਕਮੇ ਦੀ ਨਵੀਂਕਲੀ ਪਹਿਲ ਕਦਮੀ ਸਰਕਾਰੀ ਸਕੂਲਾਂ ਚੋਂ ਪ੍ਰੀਖਿਆਵਾਂਾਂ ਚੋਂ ਮੁਫਤ ਕੋਚਿੰਗ ਸ਼ੁਰੂ। ਕੋਈ ਸਮਾਂ ਸੀ ਜਦੋਂ ਰਾਸ਼ਟਰੀ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਹਿੱਸਾ ਲੈਣਾ ਸਿਰਫ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਤੱਕ ਸੀਮਿਤ ਸੀ। ਪਿਛਲੇ ਬਰੇ ਬਰੇ ਤੋਂ ਵਿਜੇਂਦਰ ਸਿੰਘਲਾ ਸਿੱਖਿਆ ਮੰਤਰੀ ਪੰਜਾਬ ਦੀ ਰਹਿਨਮਾਈ ਵਿੱਚ ਸਿੱਖਿਆ ਮਹਿਕਮੇ ਦੇ ਵੱਲੋਂ ਰਾਜ ਸਿੱਖਿਆ ਖੋਜ ਅਤੇ ਸਖਲਾਈ ਪ੍ਰੀਸ਼ਦ ਪੰਜਾਬ ਦੀ ਦੇਖ ਰੇਖ ਦੇ ਹੇਠਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਐਨਟੀਐਸਸੀ ਅਤੇ ਐਨਐਮਐਸ ਆਦਿ ਰਾਸ਼ਟਰੀ ਪੱਦਰ ਦੀਆਂ ਪ੍ਰਗਤੀ ਯੋਗਤਾਵਾਂ ਦੀ ਤਿਆਰੀ ਸਰਕਾਰੀ ਸਕੂਲਾਂ ਵਿੱਚ ਹੀ ਕਰਵਾਈ ਜਾ ਰਹੀ ਹੈ ਤੇ ਨਤੀਜੇ ਜਿੱਥੇ ਪਿਛਲੇ ਵਰੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ 12 ਵਿਦਿਆਰਥੀ ਐਨਟੀਐਸ ਪੱਦਰ ਦੇ ਇੱਕ ਅਤੇ ਪ੍ਰੀਖਿਆ ਪਾਸ ਕਰਕੇ ਝੰਡਾ ਬਰਦਾਰ ਬਣ ਚੁੱਕੇ ਹਨ ਉੱਤੇ ਹੀ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਨਾਲ ਵਿਦਿਆਰਥੀ ਪ੍ਰਵੇਖ ਦੇ ਵਿੱਚ ਉੱਚ ਦਰਜੇ ਦੀਆਂ ਮੁਕਾਬਲਾ ਪ੍ਰੀਖਿਆਵਾਂਾਂ ਦੇ ਵਿੱਚ ਹਿੱਸਾ ਲੈਣ ਦੇ ਕਾਬਿਲ ਬਣ ਰਹੇ ਹਨ। ਵਿਜੇਂਦਰ ਸਿੰਘਲਾ ਨੇ ਕੋਵਿਡ ਸਹਾਇਤਾ ਦੇ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੇਂਦਰ ਸਿੰਘਲਾ ਨੇ ਮੰਗਲਵਾਰ ਨੂੰ ਕਿਹਾ ਕਿ ਜ਼ਿੰਮੇਵਾਰ ਸੰਗਰੂਰ ਮਹਿਮ ਦੇ ਤਹਿਤ ਕੋਵਿਡ ਵਾਰ ਰੂਮ ਚਾਲੂ ਕਰ ਦਿੱਤਾ ਗਿਆ ਹੈ। ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਦੀ 24 ਘੰਟੇ ਸਹਾਇਤਾ ਦੇ ਲਈ ਇੱਕ ਹੈਲਪਲਾਈਨ ਨੰਬਰ ਵੀ ਸ਼ੁਰੂ ਕੀਤਾ ਗਿਆ ਹੈ 88981 00004 ਤੇ ਤੁਸੀਂ ਕਬ ਸੰਪਰਕ ਕਰ ਸਕਦੇ ਹੋ ਤੌਤੇ ਤੂਫਾਨ ਲੋਕਾਂ ਨੂੰ ਬਚਾਉਣਾ ਸਾਡੀ ਪਹਿਲਤਾ ਜਿੰਦਾ ਰਹੇ ਤਾਂ ਦੁਬਾਰਾ ਕਰਾਂਗੇ ਕਰੋਨਾ ਦਾ ਸਾਹਮਣਾ ਬਚਾਅ ਕਾਰਜ ਦੇ ਵਿੱਚ ਲੱਗੇ ਜਲ ਸੈਨਾ ਦੇ ਮੁਖੀ ਨੇ ਭਾਵਕ ਹੋ ਕੇ ਕਿਹਾ ਤੂਫਾਨ ਤੌਤੇ ਨੂੰ ਲੈ ਕੇ ਜਲ ਸੈਨਾ ਦੇ ਉਪ ਮੁਖੀ ਐਮ ਐਸ ਪਵਾਰ ਨੇ ਕਿਹਾ ਕਿ ਇਹ ਪਿਛਲੇ 4 ਦਹਾਕਿਆਂ ਦੇ ਲਈ ਉਹਨਾਂ ਤੋਂ ਸਭ ਤੋਂ ਜਿਆਦਾ ਰੈਕਸੀ ਆਪਰੇਸ਼ਨਾਂ ਦੇ ਵਿੱਚੋਂ ਇੱਕ ਹੈ ਚਾਰ ਆਈ ਐਨ ਐਸ ਸਾਈਟਾਂ ਤੇ ਹਨ ਤੇ ਉਹਨਾਂ ਨੇ ਕਿਹਾ ਜੀ ਇਹ ਸਭ ਤੋਂ ਜ਼ਰੂਰੀ ਐਨ ਵਿਕਾਸ ਬਾਰਜ ਪੀਬੀ 0 35 ਤੋਂ 261 ਲੋਕਾਂ ਨੂੰ ਖੋਜਣ ਦੇ ਲਈ ਬਚਾਉਣ ਦੇ ਨਾਲ ਸੰਬੰਧਤ ਹੈ ਸਾਗਰ ਦੇ ਵਿੱਚ ਆਏ ਤੌਤੇ ਤੂਫਾਨ ਕਾਰਨ ਮੁੰਬਈ ਦੇ ਸਾਗਰ ਟੱਟ ਦੇ ਕੋਲੇ ਇੱਕ ਛੋਟੇ ਜਹਾਜ਼ ਦੇ ਡੁੱਬ ਜਾਣ ਤੋਂ ਬਾਅਦ ਕਈ ਲੋਕ ਹੁਣ ਵੀ ਲਾਪਤਾ ਹਨ ਉਹਨਾਂ ਨੇ ਕਿਹਾ ਜੀ ਯੁੱਧ ਇੱਕ ਦੋ ਮਸਾਇਲਾਂ ਦਾ ਨੁਕਸਾਨ ਉਠਾ ਸਕਦੇ ਹਨ ਫਿਰ ਵੀ ਆਪਣੀ ਯੁੱਧ ਸਮਰੱਥਾ ਬਣਾਈ ਰੱਖਦੇ ਹਨ ਬੱਚਿਆਂ ਦੇ ਕਰੋਨਾ ਟੀਕਾ ਟ్రਾਇਲ 10 ਦਿਨਾਂ ਵਿੱਚ ਸ਼ੁਰੂ ਹੋਵੇਗਾ ਡੀ ਸੀ ਜੀ ਆਈ ਨੇ ਦਿੱਤੀ ਮਨਜ਼ੂਰੀ ਡਾਕਟਰ ਐਨ ਕੇ ਪਾਲ ਨੇ ਕਿਹਾ ਕਿ 2 ਤੋਂ 18 ਸਾਲ ਦੇ ਬੱਚਿਆਂ ਦਾ ਕਰੋਨਾ ਟੀਕਾ ਕਰਨ ਟ్రਾਇਲ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਬੱਚਿਆਂ ਦਾ ਕਰੋਨਾ ਟੀਕਾ ਟ్రਾਇਲ 10 ਦਿਨਾਂ ਦੇ ਵਿੱਚ ਸ਼ੁਰੂ ਹੋ ਜਾਵੇਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਮੌਸਮ ਬਾਰੇ ਕੀਤੀ ਗਈ ਭਵਿੱਖਬਾਣੀ 19 ਅਤੇ 20 ਮਈ ਨੂੰ ਭਾਰੀ ਮੀਂਹ ਦੀ ਸੰਭਾਵਨਾ ਬਦਲ ਰਹੇ ਮੌਸਮ ਦੇ ਮਜਾਜ ਦੇ ਚੱਲਦਿਆਂ ਪੰਜਾਬ ਦੇ ਵਿੱਚ ਬਦਲਵਾਈ ਨੂੰ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ 19 ਅਤੇ 20 ਮਈ ਨੂੰ ਉੱਤਰ ਪਾਰਤ ਵਿੱਚ ਭਾਰੀ ਮੀਂਹ ਗੜੇ ਮਾਰੀ ਤੇ ਹਨੇਰੀ ਚੱਲ ਸਕਦੀ ਆ। ਰੇਲਵੇ ਨੇ ਆਪਣੇ ਹਸਪਤਾਲਾਂ ਦੇ ਲਈ 86 ਆਕਸੀਜਨ ਪਲਾਂਟ ਲਗਵਾਉਣ ਦੀ ਕਰ ਰਿਹਾ ਤਿਆਰੀ। ਰੇਲ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਰੇਲਵੇ ਕੋਵਿਡ-19 ਵਿਰੁੱਧ ਲੜਾਈ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਇੱਕ ਪਾਸੇ ਰੇਲਵੇ ਆਕਸੀਜਨ ਦੇ ਨਾਲ ਭਰੇ ਆਕਸੀਜਨ ਐਕਸਪ੍ਰੈਸ ਨੂੰ ਤੇਜ਼ੀ ਦੇ ਨਾਲ ਵੱਖ-ਵੱਖ ਹਿੱਸਿਆਂ ਚ ਪਹੁੰਚਾਰਿਆ ਜਦੋਂ ਕਿ ਯਾਤਰੀਆਂ ਦੇ ਪਹਾੜੇ ਦੀ ਆਵਾਜ਼ਾਈ ਜਾਰੀ ਹੈ ਇਸ ਦੇ ਨਾਲ ਹੀ ਰੇਲਵੇ ਨੇ ਆਪਣੇ ਇਨ-ਹਾ우스 ਡਾਕਟਰੀ ਸਹੂਲਤਾਂ ਲਈ ਕੰਮ ਰਕਸ ਲਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਪੂਰੇ ਭਾਰਤ ਦੇ ਵਿੱਚ 86 ਰੇਲਵੇ ਹਸਪਤਾਲਾਂ ਵਿੱਚ ਸਮਰੱਥਾ ਵਧਾਉਂਦੀਆਂ ਵਿਸ਼ਾਲ ਯੋਜਨਾਵਾਂ ਨੇ 4 ਆਕਸੀਜਨ ਪਲਾਂਟ ਕੰਮ ਕਰ ਰਹੇ ਨੇ 52 ਮਜ਼ਦੂਰ ਹਨ ਤੇ 3 ਪ੍ਰੋਸੈਸਿੰਗ ਦੇ ਵੱਖ-ਵੱਖ ਪੜਾਵਾਂ ਦੇ ਨਾਲ ਕੰਮ ਸ਼ੁਰੂ ਕੀਤਾ ਗਿਆ ਹੈ ਕੋਵਿਡ ਦੇ ਲਾਤ ਲਈ ਬੈੱਡਾਂ ਦੀ ਗਿਣਤੀ 2539 ਤੋਂ ਵਧਾ ਕੇ 6972 ਕਰ ਦਿੱਤੀ ਗਈ ਹੈ। ਕਰੋਨਾ ਦੀ جنگ ਹਾਰੇ ਫਿਲਮ ਆਟੇ ਦੀ ਚਿੜੀ ਦੇ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਫੋਰਟਿਸਟ ਦੇ ਵਿੱਚ ਲਏ ਆਖਰੀ ਸਾਹ। ਮੁੱਖ ਮੰਤਰੀ ਨੇ ਚਰਨਜੀਤ ਸਿੰਘ ਵਾਲੀਆ ਦੇ ਦਿਹਾਂਤ ਉੱਤੇ ਦੂੰਗੇ ਦੁੱਖ ਦਾ ਕੀਤਾ ਪ੍ਰਗਟਾਵਾ ਸੋ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮੰਗਲਵਾਰ ਨੂੰ ਨਵਾਬ ਜੱਸਾ ਸਿੰਘ ਆਲੂ ਵਾਲੀਆ ਟਰੱਸਟ ਦੇ ਚੇਅਰਮੈਨ ਅਤੇ ਪੰਜਾਬ ਨਰਸਿੰਗ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਕਤਲ ਦੇ ਦੋਚੀ ਸੁਸ਼ੀਲ ਕੁਮਾਰ ਨੂੰ ਲੱਗਾ ਵੱਡਾ ਝਟਕਾ کورٹ ਨੇ ਖਾਰਜ ਕੀਤੀ ਅਗਾਊਂ ਜ਼ਮਾਨਤ ਪਟੀਸ਼ਨ। ਕਤਲ ਦੇ ਦੋਸ਼ ਵਿੱਚ ਫਰਾਰ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਬਚਨ ਦੇ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਨੇ ਦਿੱਲੀ ਦੀ ਰੋਨੀ ਕੋਰਟ ਨੇ ਮੰਗਲਵਾਰ ਨੂੰ ਉਹਨਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਉਹਨਾਂ ਤੇ 1 ਲੱਖ ਤੇ ਸੰਯੋਗੀ ਤੇ 50000 ਰੁਪਏ ਦਾ ਨਾਮ ਦਾ ਐਲਾਨ ਕੀਤਾ ਸੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਯੂਥ ਆਗੂ ਵਰਿੰਦਰ ਬਿੱਟੂ ਜ਼ਮਾਨਤ ਤੇ ਰਿਹਾ ਪਿਛਲੇ ਦਿਨੀ ਨਾਬਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਯੂਥ ਵਿੰਗ ਪਟਿਆਲਾ ਦੇ ਪ੍ਰਧਾਨ ਵਰਿੰਦਰ ਕੁਮਾਰ ਬਿੱਟੂ ਨੂੰ ਅੱਜ ਬਾਅਦ ਐਸੋਸੀਏਸ਼ਨ ਨਾਬਾ ਦੇ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੰਗੂ ਸਾਬਕਾ ਪ੍ਰਧਾਨ ਲੀਗਲ ਸੈੱਲ ਪੰਜਾਬ ਦੇ ਯਤਨਾ ਸਦਕਾ ਮਾਨਯੋਗ ਨਾਬਾ ਅਦਾਲਤ ਨੇ ਜ਼ਮਾਨਤ ਤੇ ਰਿਹਾਨ ਕਰ ਦਿੱਤਾ 코로나 ਦੇ ਦੌਰਾਨ ਹਸਪਤਾਲਾਂ ਚ ਹੋ ਰਹੀ ਲੁੱਟ ਤੋਂ ਲੋਕਾਂ ਨੂੰ ਪਰੇਸ਼ਾਨ 7 ਦਿਨਾਂ ਦਾ ਬਿੱਲ 1,90,000 ਰੁਪਏ ਕੀਤਾ ਗਿਆ ਵਸੂਲ ਕਰੋਨਾ ਮਹਾਮਾਰੀ ਦੇ ਚੱਲਦੇ ਆਏ ਦਿਨ ਹੀ ਮਰੀਜ਼ਾਂ ਦੇ ਨਾਲ ਲੁੱਟ ਹੋ ਰਹੀ ਆ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਸਰਕਾਰ ਦੇ ਵੱਲੋਂ ਜਾਰੀ ਰੇਟ ਤੋਂ ਵੱਧ ਪੈਸੇ ਵਸੂਲੇ ਜਾ ਰਹੇ ਨੇ ਜਿਸ ਤੋਂ ਪਰੇਸ਼ਾਨ ਲੋਕਾਂ ਨੇ ਨਿੱਜੀ ਹਸਪਤਾਲ ਦੇ ਡਾਕਟਰਾਂ ਤੇ ਪ੍ਰਸ਼ਾਸਨ ਮੰਨੂ ਇਸ ਵੱਲ ਧਿਆਨ ਨ ਦਿੱਤਾ ਤਾਂ ਮਜਬੂਰਨ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ ਅੱਜ ਮਰੀਜ਼ਾਂ ਦੇ ਪਰਿਵਾਰ ਅਤੇ ਸਮਾਜ ਸੇਵੀ ਲੋਕਾਂ ਨੇ ਮੀਡੀਆ ਸਾਹਮਣੇ ਨਿੱਜੀ ਹਸਪਤਾਲਾਂ ਦੀ ਪੋਲ ਖੋਲੀ ਜਿਸ ਬਾਰੇ ਜਾਣਕਾਰੀ ਦਿੰਦਿਆਂ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਦੇ ਵੱਲੋਂ ਜਾਰੀ ਰੇਟਾਂ ਤੋਂ ਵੱਧ ਪੈਸੇ ਉਹਨਾਂ ਤੋਂ ਵਸੂਲੇ ਗਏ ਹਨ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਜੀ ਸਾਡਾ 1 ਦਿਨ ਦਾ ਕਿਰਾਇਆ 8000 ਰੁਪਏ ਬਣਦਾ ਸੀ ਉੱਤੇ ਹੀ ਸਾਡੇ ਕੋਲੋਂ 28000 ਰੁਪਏ ਦੇ ਸਾਹਮਣੇ ਜਿਹੜਾ ਕਿਰਾਇਆ ਲਿਆ ਗਿਆ ਨਵਜੋਤ ਸਿੱਧੂ ਵੱਲੋਂ ਰਾਮ ਰਹੀਮ ਆਸਾ ਰਾਮ ਤੇ ਰਾਧੇ ਮਾ ਦੇ ਪੈਰਾਂ ਤੇ ਡਿੱਗਣ ਦੀਆਂ ਫੋਟੋਆਂ ਦਿਖਾ ਮਜੀਠੀਆਂ ਨੇ ਲੋਕਾਂ ਨੂੰ ਦੱਸਿਆ ਸੱਚ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੂੰ ਘੇਰਿਆ ਉਹਨਾਂ ਨੇ ਨਵਜੋਤ ਸਿੱਧੂ ਤੇ ਕਈ ਤੰਜ ਕੱਸੇ ਉਹਨਾਂ ਨੇ ਨਵਜੋਤ ਸਿੱਧੂ ਵੱਲੋਂ ਬਾਬਾ ਗੁਰਮੀਤ RAM ਰਹੀਮ ਦੇ ਪੈਰਾਂ ਨੂੰ ਸ਼ੂਹਨ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਨ ਦੀ ਤਸਵੀਰ ਅਤੇ ਵੀਡੀਓ ਵਾਇਰਲ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਜੀ ਇਹ ਪਖੰਡ ਅਤੇ ਚਰਿੱਤਰ ਦੇ ਬਾਰੇ ਸੱਚਾਈ ਹੈ ਉਹਨਾਂ ਨੇ ਕਿਹਾ ਸਿੱਧੂ ਦਾ ਖੁਦ ਕੋਈ ਚਰਿੱਤਰ ਨਹੀਂ ਉਹ ਬੰਦਾ ਹੀ ਸਵਾਲ ਕਰ ਸਕਦਾ ਜੋ ਖੁਦ ਕਰੈਕਟਰਲੈਸ ਬੰਦਾ ਉਹਨਾਂ ਨੇ ਕਿਹਾ ਰੱਬੜ ਦੇ ਗੁੱਡੇ ਦਾ ਕੋਈ ਵੀ ਕਿਰਦਾਰ ਨਹੀਂ ਹੁੰਦਾ ਪਰ ਇਸ ਦੇ ਵਿੱਚ ਕੋਈ ਕਿਰਦਾਰ ਨਹੀਂ ਹੈ ਕਿਰਦਾਰ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਜੀ ਸਿੱਧੂ ਰਾਧੇ ਮਾਂ ਬਾਪੂ ਆਸਰਾਮ ਤੇ ਰਾਮ ਰਹੀਮ ਦੇ ਦਰਬਾਰ ਵਿੱਚ ਪਹੁੰਚਣ ਦੀਆਂ ਵੀਡੀਓ ਵੀ ਸਾਡੇ ਕੋਲੇ ਮੌਜੂਦ ਨੇ ਸਿੱਧੂ ਨੂੰ ਮਜੀਠੀਆ ਦਾ ਚੈਲੰਜ ਜੇ ਸਬੂਤ ਹਨ ਤਾਂ ਸੁਪਰੀਮ ਕੋਰਟ ਨੂੰ ਕਰੇ ਪੇਸ਼ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੱਧੂ ਨੂੰ ਕਿਹਾ ਉਹਨਾਂ ਨੇ ਕਿਹਾ ਜੀ ਸਿੱਧੂ ਦਾ ਖੁਦ ਕੋਈ ਚਰਿੱਤਰ ਨਹੀਂ ਮਜੀਠੀਆ ਨੇ ਕਿਹਾ ਜੀ ਉਹ ਸਾਡੇ ਤੋਂ ਉਹ ਬੰਦਾ ਹੀ ਸਵਾਲ ਕਰ ਸਕਦਾ ਜੋ ਖੁਦ ਕਰੈਕਟਰਲੈਸ ਬੰਦਾ ਹੈ ਉਹਨਾਂ ਨੇ ਕਿਹਾ ਜੀ ਰਬੜ ਦੇ ਗੁੱਡੇ ਦਾ ਵੀ ਕਿਰਦਾਰ ਹੁੰਦਾ ਪਰ ਸਿੱਧੂ ਦਾ ਤਾਂ ਕੋਈ ਵੀ ਨਹੀਂ ਉਹਨਾਂ ਨੇ ਕਿਹਾ ਜੇਕਰ ਸਿੱਧੂ ਕੋਲੇ ਕੋਈ ਸਬੂਤ ਹੈ ਤਾਂ ਉਹ ਕੋਰਟ ਦੇ ਵਿੱਚ ਪੇਸ਼ ਕਰੇ ਸੋਨੂ ਸੂਦ ਨੂੰ ਮੋਗਾ ਵਾਸੀਆਂ ਨੂੰ ਕੀਤੀ ਅਪੀਲ ਡੀਸੀ ਐਸਐਸਪੀ ਤੇ ਡੀਐਸਪੀ ਦੀ ਕੀਤੀ ਤਾਰੀਫ ਮੋਗਾ ਦੇ ਜੰਪਲ ਬਾਲੀਵੁੱਡ ਬਨੇਤਾ ਸੋਨੂ ਸੂਤ ਨੇ ਕਰੋਨਾ ਦੇ ਵਧ ਰਹੇ ਅੰਕੜਿਆਂ ਤੇ ਮੋਗਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਦੀ ਆਖਿਆ ਤੇ ਵੀਡੀਓ ਜਾਰੀ ਕਰਦਿਆਂ ਸ਼ਹਿਰ ਵਾਸੀਆਂ ਨੂੰ ਕਿਹਾ ਜੇ ਇਸ ਮਹਾਮਾਰੀ ਨੂੰ ਹਰਾਉਣ ਦੇ ਲਈ ਵੈਕਸੀਨੇਸ਼ਨ ਜ਼ਰੂਰ ਲਗਵਾਓ ਤੇ ਪ੍ਰਸ਼ਾਸਨ ਦਾ ਸਾਥ ਜ਼ਰੂਰ ਦਿਓ ਭਾਰਤੀ ਪ੍ਰਬੰਧਨ ਪ੍ਰਬੰਧ ਸੰਸਥਾ ਅੰਮ੍ਰਿਤਸਰ ਕਰ ਰਹੀ ਆ ਐਚਆਰ ਸੁਪਰਵਾਈਜ਼ਰ ਤੇ ਕੋਆਰਡੀਨੇਟਰ ਦੀ ਭਰਤੀ ਆਈਆਈਐਮ ਜੋ ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਲਈ ਕੰਮ ਦੀ ਖਬਰ ਆ ਭਾਰਤੀ ਪ੍ਰਬੰਧ ਸੰਸਥਾ ਅੰਮ੍ਰਿਤਸਰ ਤੋਂ ਐਨ ਐਚ ਆਰ ਸੁਪਰਵਾਈਜ਼ਰ ਤੇ ਕੋਆਰਡੀਨੇਟਰ ਦੀ ਪਰਤ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਜੋ 8 ਮਈ 2021 ਨੂੰ ਜਾਰੀ ਭਾਰਤੀ ਇਸ਼ਤਿਆਰ ਦੇ ਮੁਤਾਬਕ ਖਾਲੀ ਅਹੁਦਿਆਂ ਦੇ ਲਈ ਯੋਗ ਉਮੀਦਵਾਰਾਂ ਨੂੰ ਸੱਦਿਆ ਗਿਆ ਹੈ ਸੋ ਜਿਹੜੇ ਕੰਟਰੈਕਟ ਬੇਸ ਤੇ ਰੱਖੇ ਜਾਣਗੇ ਓਡੀਸ਼ਾ ਦੇ ਵਿੱਚ ਲਾਇਆ ਗਿਆ 14 ਦਿਨਾਂ ਦਾ ਮੁਕੰਮਲ ਲਾਕਡਾਊਨ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀ ਆਮ ਅਤੇ ਖਾਸ ਖਬਰਾਂ ਧੰਨਵਾਦ